Vatan Murdabad! Jai Sarkar Murdabad! Murdabad! ਤਰ੍ਹਾਂ ਕਿ ਸਾਡੇ ਸਾਰੇ ਸੀਨੀਅਰ ਲੀਡਰ ਤੁਹਾਡੇ ਸਾਹਮਣੇ ਖੜ੍ਹੇ ਆ, ਡਾਕਟਰ ਨੰਦ ਲਾਲ ਜੀ, ਨਰਿੰਦਰ ਨਾਗਪਾਲ ਜੀ, ਸਾਡੇ ਮੰਡਲ ਪ੍ਰਧਾਨ ਸੰਜੇ ਬੱਗਾ ਜੀ ਔਰ ਸਾਡੇ ਸੰਜੇ ਗਰਗ ਜੀ, ਅਤੇ ਅਸੀਂ ਸਾਰੀ ਲੀਡਰਸ਼ਿਪ ਇਕੱਠੇ ਹੋ ਕੇ ਅੱਜ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਹਰਦਿਆਲ ਸਿੰਘ ਕੰਬੋਜ 'ਤੇ ਮੁਕੱਦਮਾ ਦਰਜ ਕੀਤਾ ਜਾਵੇ, ਉਹਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹਨਾਂ ਦੇ ਜਿਹੜੇ ਦੋਸ਼ੀ ਨੇ ਸ਼ਰਾਬ ਦੇ ਮਾਮਲਿਆਂ ਦੇ, ਇਹਨਾਂ ਦਾ ਪੂਰਾ ਬਰਦਾਸ਼ਤ ਹੈ, ਇਨਵੋਲਵਮੈਂਟ ਆ। ਰਾਜਪੁਰੇ 'ਚ ਹੋਰ ਵੀ ਕਈ ਗਲਤ ਧੰਦੇ ਚੱਲਦੇ ਆ, ਉਹਦੀ ਜਾਂਚ CBI ਤੋਂ ਕਰਵਾਈ ਜਾਵੇ ਔਰ ED ਤੋਂ ਕਰਵਾਈ ਜਾਵੇ, ਜਿਹੜੇ ਇਹਨਾਂ ਦੀਆਂ ਜਾਇਦਾਦਾਂ ਤੋਂ, ਇਹ 2000 ਕਰੋੜ ਦਾ ਘਪਲਾ ਸ਼ਰਾਬ ਦਾ ਜਿਹੜਾ, ਉਹ ਇਹਨਾਂ ਦੀਆਂ ਜਾਇਦਾਦਾਂ ਤੋਂ ਰਿਕਵਰ ਕੀਤਾ ਜਾਵੇ, ਇਹਨਾਂ ਨੂੰ ਦੋਸ਼ੀ ਬਣਾ ਕੇ। ਅਸੀਂ ਉਸ ਦੀ ਮੰਗ ਕਰਦੇ ਹਾਂ, ਉਹਦੇ ਲਈ ਅੱਜ ਆਏ ਹਾਂ ਅਸੀਂ ਕਹਿਣ ਵਾਸਤੇ। ਸਰ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੋਠੀ? ਅਸੀਂ ਉਹਦੀ ਕੋਠੀ ਵੱਲ ਨੂੰ ਜਾ ਰਹੇ ਹਾਂ, ਘੇਰਾਂਗੇ, ਜਿੰਨਾ ਕੁ ਹੋਏਗਾ ਉਨਾ ਕੁ ਕਰਾਂਗੇ, ਜੋ ਡੈਮੋਕਰੇਟਿਕ ਪੀਸਫੁਲ ਪ੍ਰੋਸੈਸ ਹੁੰਦਾ ਡੈਮੋਕਰੇਸੀ 'ਚ, ਉਹ ਅਸੀਂ ਕਰਨ ਜਾ ਰਹੇ ਹਾਂ। ਸਰ ਕੈਪਟਨ ਸਾਹਿਬ ਨੇ ਕਿਹਾ ਵੀ ਮੁਕੱਦਮਾ ਜਿਹੜਾ ਕਤਲ ਦਾ ਦਰਜ ਹੋਏਗਾ, ਜਿਹੜਾ ਵੀ ਹੋਏਗਾ, ਇਹ ਤਾਂ ਕੈਪਟਨ ਸਾਹਿਬ 'ਤੇ ਖੁਦ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਪਹਿਲਾਂ ਕਾਰਵਾਈ ਨਹੀਂ ਕੀਤੀ ਜਦੋਂ ਇੱਥੇ ਰਾਜਪੁਰੇ 'ਚ ਫੈਕਟਰੀ ਫੜੀ ਗਈ, ਅਤੇ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਇੱਥੋਂ ਦੇ SHO ਇੱਥੋਂ ਦੇ ਸਾਰੇ ਸਸਪੈਂਡ ਹੋਣੇ ਚਾਹੀਦੇ ਆ, ਉਹਨਾਂ 'ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਉਹਨਾਂ ਦਾ ਸਾਰਿਆਂ ਦਾ ਦੋਸ਼ ਆ, ਅਸੀਂ ਦੱਸਦੇ ਰਹੇ ਹਾਂ ਜਾ ਕੇ, ਅਸੀਂ SSP ਨੂੰ ਮਿਲ ਕੇ ਦੱਸਿਆ, ਆ ਹੁਣ ਫਿਰ IG ਅਤੇ SSP ਸਾਹਿਬ ਨੂੰ ਮੈਮੋਰੈਂਡਮ ਦਿੱਤਾ ਕਿ ਟਾਈਮ ਸਿਰ ਕਾਰਵਾਈ ਕਰੋ, ਟਾਈਮਲੀ ਕਾਰਵਾਈ ਕਰਨ ਨਾਲ ਹੀ ਇਹ, ਜੇ ਪਹਿਲਾਂ ਕਰ ਦਿੰਦੇ ਤਾਂ ਅੱਜ ਇਹ ਦੁਖਾਂਤ ਨਾ ਵਾਪਰਦਾ। ਇਸ ਦੀ ਦੋਸ਼ੀ ਕਾਂਗਰਸ ਸਰਕਾਰ ਆ ਔਰ ਇਸ ਦੀ ਦੋਸ਼ੀ ਪੰਜਾਬ ਪੁਲਿਸ। ਜ਼ਹਿਰੀਲੀ ਸ਼ਰਾਬ ਪੀਣ ਕਾਰਨ 120 ਦੇ ਲਗਭਗ ਨੌਜਵਾਨਾਂ ਦੀ ਮੌਤ ਹੋਈ ਹੈ, ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਰਾਜਪੁਰਾ ਦੇ MLA ਹਰਦਿਆਲ ਕੰਬੋਜ ਦੀ ਕੋਠੀ ਦਾ ਘਿਰਾਅ ਕਰ ਰਹੇ ਹਾਂ। ਅਤੇ ਬੜੇ ਦੁੱਖ ਦੀ ਗੱਲ ਹੈ, ਪੰਜਾਬ ਸਰਕਾਰ ਵੱਲੋਂ ਜਿਹੜੇ ਤਰਨ ਤਾਰਨ ਦੇ 82 ਜੋ ਨੌਜਵਾਨ ਮੌਤ ਦੀ ਘਾਟ ਉਤਾਰੇ ਗਏ ਨੇ, ਮੈਂ ਤਾਂ ਇਹ ਸਮਝਦਾ ਪੰਜਾਬ ਸਰਕਾਰ ਉਹਨਾਂ ਦੀ ਕਤਲ ਹੈ। ਉਹਨਾਂ ਨੂੰ ਸਿਰਫ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਪੰਜਾਬ ਸਰਕਾਰ ਨੇ। ਅਸੀਂ ਮੰਗ ਕਰਦੇ ਹਾਂ ਉਹਨਾਂ ਦਾ ਮੁਆਵਜ਼ਾ 50-50 ਲੱਖ ਰੁਪਏ ਹੋਣਾ ਚਾਹੀਦਾ, ਅਤੇ CBI ਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਵੀ ਇਸ ਦੇ ਵਿੱਚ ਕਾਂਗਰਸ ਦੇ MLA ਮੰਤਰੀ ਸ਼ਾਮਲ ਨੇ, ਉਹਨਾਂ ਨੂੰ ਵੀ ਫਾਂਸੀ ਸਜ਼ਾ ਹੋਣੀ ਚਾਹੀਦੀ। ਸਾਨੂੰ ITI ਚੌਂਕ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਨੇ, ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੇ ਨਾਲ ਮਿਲੀ ਹੋਈ ਹੈ, ਉਹਨਾਂ ਨੇ ਗਲੇ ਨੂੰ ਹੱਥ ਪਾਇਆ। ਵੈਸੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਤਿਕਾਰ ਕਰਦੇ ਹਾਂ, ਸਾਡੇ ਜਿਹੜੇ ਵਰਕਰਾਂ ਨੂੰ ਉਹਨੇ ਗਲੇ ਨੂੰ ਹੱਥ ਪਾਇਆ ਜਾਂ ਧੱਕਾ ਮਾਰਿਆ, ਅਸੀਂ ਵੀ ਨਾਲ ਹੀ ਧੱਕਾ ਮਾਰੇ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਤੇ ਉਹਨੇ ਮਾਫ਼ੀ ਵੀ ਮੰਗੀ ਹੈ, ਜਿਵੇਂ ਤੋਂ ਗਲਤੀ ਹੋਈ ਹੈ SHO ਨੇ ਮਾਫ਼ੀ ਮੰਗੀ ਹੈ ਸਾਡੇ ਵਰਕਰਾਂ ਤੋਂ। ਮੈਂ ਪ੍ਰੈਸ ਦੇ ਵੀਰਾਂ ਰਾਹੀਂ ਰਾਜਪੁਰਾ ਵਾਸੀਆਂ ਨੂੰ ਇੱਕ ਸੁਨੇਹਾ ਵੀ ਦੇਣਾ ਚਾਹੁੰਦਾ। ਰਾਜਪੁਰੇ ਦੇ ਬੜੇ ਭੋਲੇ ਭਾਲੇ, ਬੜੇ ਸ਼ਰੀਫ ਲੋਕ ਨੇ, ਤੁਹਾਨੂੰ ਕਿਸੇ MLA ਤੋਂ, ਕਿਸੇ ਪ੍ਰਸ਼ਾਸਨ ਤੋਂ ਡਰਨ ਦੀ ਲੋੜ ਨਹੀਂ। ਤੁਹਾਡਾ, ਤੁਸੀਂ ਸਾਫ਼ ਸੁਥਰੇ ਲੋਕ ਹੋ, ਸ਼ਰੀਫ ਲੋਕ ਹੋ, ਤੁਹਾਡੇ ਨਾਲ ਕਿਤੇ ਵੀ ਧੱਕਾ ਹੁੰਦਾ ਭਾਰਤੀ ਜਨਤਾ ਪਟ ਗਈ, ਡਟ ਕੇ ਪਹਿਰਾ ਦਊਗੀ, ਡਟ ਕੇ ਤੁਹਾਡਾ ਸਾਥ ਦਊਗੀ।